ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਅੱਜ ਸਵੇਰੇ 6 ਵਜੇ ਤੋਂ ਰੁਕ ਰੁਕ ਕੇ ਪਏ ਮੀਂਹ ਨੇ ਸ਼ਹਿਰ ਸਮੇਤ ਵੱਖ ਵੱਖ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਦੇ ਨਾਲ ਹੀ ਦਸੂਹਾ ਦੇ ਪਿੰਡ ਨੰਗਲ ਬੀਲਾ ਵਿੱਚ ਇੱਕ ਪ੍ਰਾਇਮਰੀ ਸਕੂਲ ਕਰੀਬ 5 ਫੁੱਟ ਪਾਣੀ ਵਿੱਚ ਡੁੱਬ ਗਿਆ ਹੈ। ਹਾਦਸੇ ਦੇ ਸਮੇਂ ਸਕੂਲ ਵਿੱਚ 55 ਦੇ ਕਰੀਬਨ ਵਿਦਿਆਰਥੀ ਮੌਜੂਦ ਸਨ। ਸਕੂਲ ਦੇ ਪ੍ਰਿੰਸੀਪਲ ਜੈਵੀਰ ਸਿੰਘ, ਮੈਡਮ ਮਧੂਬਾਲਾ, ਮੈਡਮ ਜੀਵਨ ਬਾਲਾ ਨੇ ਦੱਸਿਆ ਕਿ ਸਕੂਲ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਸਕੂਲ ਦੇ ਪਿਛਲੇ ਹਿੱਸੇ ਤੋਂ ਤੇਜ਼ ਰਫ਼ਤਾਰ ਪਾਣੀ ਸਕੂਲ ਦੇ ਗਰਾਊਂਡ ਸਮੇਤ ਕਮਰਿਆਂ ਵਿੱਚ ਦਾਖਲ ਹੋ ਗਿਆ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨ ਤੱਗੜ ਦੀ ਰਿਪੋਰਟ। ਸਕੂਲ 'ਚ 7 ਸਾਲ ਤੋਂ ਟੀਚ ਕਰਦੀ ਪਈ ਹਾਂ। ਮੈਮ ਕੀ ਹੋਇਆ ਅੱਜ ਜਿਹੜਾ ਵਾਰਦਾਤ? ਅਸੀਂ ਸਵੇਰੇ 8 ਵਜੇ ਤੋਂ ਪਹਿਲਾਂ ਪਹੁੰਚ ਗਏ ਸਾਰਾ ਸਟਾਫ, ਅਤੇ ਬਹੁਤ ਵਧੀਆ ਸੀ। ਬਾਰਿਸ਼ ਅੱਗੇ ਵੀ ਹੁੰਦੀ ਹੈ, ਕਦੀ ਇੱਦਾਂ ਆਇਆ ਨਹੀਂ ਪਾਣੀ, ਬਟ 8:15 ਤੋਂ ਮਤਲਬ ਕਿ ਨਾ ਪਾਣੀ ਆਉਣਾ ਸ਼ੁਰੂ ਹੋ ਗਿਆ ਗਰਾਊਂਡ 'ਚ। ਸਰ ਨੇ ਦੇਖਿਆ ਵੀ ਪਾਣੀ ਦੀ ਬੜੀ ਆਵਾਜ਼ ਆ ਰਹੀ ਹੈ, ਜਿਸ ਵੇਲੇ ਨੇ ਦੇਖਿਆ ਮਿੰਟੋ ਮਿੰਟ ਹੀ ਪਾਣੀ ਜਿਹੜਾ ਪੂਰੇ ਕਮਰਿਆਂ 'ਚ ਭਰਨਾ ਸ਼ੁਰੂ ਹੋ ਗਿਆ। ਬੱਚੇ ਬੈਠੇ ਸੀਗੇ ਉਸ ਪਿੰਡ ਦੇ, ਵੱਡੇ ਮੁੰਡਿਆਂ ਨੂੰ ਸਰ ਨੇ ਆਵਾਜ਼ ਲਗਾਈ, ਉਹਨਾਂ ਨੇ ਆ ਕੇ ਤਾਂ ਉਹਦਾ ਬੱਚਿਆਂ ਨੂੰ ਜਿਹੜਾ ਛੋਟੇ ਬੱਚਿਆਂ ਨੂੰ ਮੋਢਿਆਂ 'ਤੇ ਚੁੱਕ ਕੇ ਉਹਨਾਂ ਦੇ ਘਰਾਂ 'ਚ ਪਜਾਇਆ, ਅਤੇ ਵੱਡੇ ਬੱਚਿਆਂ ਨੂੰ ਵੀ ਬਾਹਵਾਂ ਫੜ ਕੇ ਉਹਨਾਂ ਦੇ ਘਰਾਂ 'ਚ ਪਜਾਇਆ। ਜਿੰਨਾ ਸਾਡੇ ਕੋਲ ਹੋ ਸਕਿਆ ਅਸੀਂ ਉੱਨੀ ਜਲਦੀ ਮਤਲਬ ਕਿ ਆਪਣੇ ਵੱਲੋਂ ਐਕਟ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਦਵਾ ਦਵੇ ਜਿੰਨਾ ਕੁ ਸਾਡੇ ਕੋਲ ਰਿਕਾਰਡ ਚੁੱਕ ਹੋਇਆ ਉਨਾ ਕੁ ਰਿਕਾਰਡ ਅਸੀਂ ਚੁੱਕ ਕੇ ਉਹਨੂੰ ਸੇਫ ਜਗ੍ਹਾ 'ਤੇ ਕੀਤਾ, ਉੱਚੀਆਂ ਛੱਤਾਂ 'ਤੇ ਰੱਖਿਆ, ਪਰ ਫਿਰ ਵੀ ਮਿੰਟੋ ਮਿੰਟ 5-10 ਮਿੰਟਾਂ ਵਿੱਚ ਹੀ ਪਾਣੀ 5-5 ਫੁੱਟ ਦੇ ਕਰੀਬ ਭਰ ਗਿਆ ਸਾਰੇ ਕਲਾਸਰੂਮਾਂ 'ਚ। ਅੱਜ ਸਾਡਾ ਆਫਿਸ ਸਭ ਤੋਂ ਉੱਚਾ ਸੀਗਾ, ਇਹਦੇ ਵਿੱਚ ਵੀ ਘੱਟੋ ਘੱਟ 1.5-2 ਫੁੱਟ ਪਾਣੀ ਆ ਗਿਆ ਸੀਗਾ ਜੀ। ਹਾਂਜੀ ਹਾਂਜੀ, ਬੱਚੇ ਸਾਰੇ ਠੀਕ ਹੈ, ਸੁਰੱਖਿਅਤ ਹੈ। ਪਿੰਡ ਦੇ ਸਹਿਯੋਗ ਨਾਲ, ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਮੁਹੱਲੇ ਦੇ ਜਿੰਨੇ ਜਵਾਨ ਬੱਚੇ ਆ ਉਹਨਾਂ ਸਾਰਿਆਂ ਨੇ ਮਿੰਟੋ ਮਿੰਟ ਆ ਕੇ ਬੱਚਿਆਂ ਨੂੰ ਚੁੱਕ ਕੇ ਅਤੇ ਉਹਨਾਂ ਦੇ ਘਰਾਂ 'ਚ ਪਹੁੰਚਾ ਦਿੱਤਾ ਜੀ। ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ? ਪੰਜਾਬ ਸਰਕਾਰ ਤੋਂ ਇਹੀ ਮੰਗ ਹੈ ਕਿ ਜਿੰਨਾ ਵੀ ਹੈਗਾ ਵੀ ਚਲੋ ਬਾਕੀ ਜਿੰਨਾ ਏਰੀਆ ਕੰਢੀ ਏਰੀਆ ਹੈਗਾ ਉੱਪਰ ਖੱਡ ਆਉਂਦੀ ਹੈ, ਉਹਦਾ ਵੀ ਕੋਈ ਬੰਦੋਬਸਤ ਕੀਤਾ ਜਾਏ ਤਾਂ ਜੋ ਇਨ ਫਿਊਚਰ 'ਚ ਪਾਣੀ ਆਵੇ ਨਾ। ਦੂਸਰਾ, ਸਾਡੇ ਸਾਨੂੰ ਮਤਲਬ ਕਿ 4 ਦੀਵਾਰੀ ਲਈ ਆ ਗਈ ਹੋਈ ਹੈ ਮਨਜ਼ੂਰੀ, ਬਣ ਜੂਗੀ, ਲੇਕਿਨ ਉਹ ਬਰਸਾਤੋਂ ਬਾਅਦ ਬਣੂਗੀ। ਮੰਗ ਇਹੀ ਹੈ ਕਿ ਸਾਡਾ ਗਰਾਊਂਡ ਲੈਵਲ ਨੀਵਾਂ ਹੈ ਅਤੇ ਸਾਡੀ ਇਹ ਜਿਹੜੀ ਭਰਤੀ ਪਵਾ ਕੇ ਥੋੜ੍ਹਾ ਉੱਚਾ ਕਰਾ ਦਿੱਤਾ ਜਾਏ ਤਾਂ ਜੋ ਇਨ ਫਿਊਚਰ ਇਹ ਪਾਣੀ ਜਿਹੜਾ ਗਰਾਊਂਡ 'ਚ ਵੀ ਨਾ ਆਵੇ।